ਤਸਵੀਰਾਂ ਡੇਰਾ ਬਾਬਾ ਨਾਨਕ ਦੇ ਪਿੰਡ ਗਾਜੀ ਨੰਗਲ ਦੀਆਂ ਹਨ, ਜਿੱਥੇ ਕਿ 33 ਸਾਲ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ। ਸੜਕ ਹਾਦਸੇ ਦੇ ਵਿੱਚ ਉਸਦੀ ਮੌਤ ਹੋਈ ਹੈ। ਪੁਲਿਸ ਜ਼ਿਲ੍ਹਾ ਬਟਾਲਾ ਦੇ ਨਿੰਨ ਪੈਂਦੇ ਪਿੰਡ ਕੋਟਲੀ ਸੁਰਤਮੱਲੀ ਧਾਰੋਵਾਲੀ ਤੋਂ ਉਦੋਵਾਲੀ ਜਾਂਦੇ ਸਮੇਂ 33 ਸਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਗਾਜੀ ਨੰਗਲ ਦੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਧਾਰੋਵਾਲੀ ਦੇ ਰੋਡ 'ਤੇ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰੀ ਹੈ। ਮੇਰਾ ਨਾਮ ਜੀ ਜਸਪਾਲ ਸਿੰਘ ਹੈ। ਮੇਰਾ ਬ੍ਰਦਰ ਗੁਰਵਿੰਦਰ ਸਿੰਘ ਬੱਸ ਖਿਲਾਰ ਕੇ ਮੋਟਰਸਾਈਕਲ 'ਤੇ ਪਿੰਡ ਨੂੰ ਆ ਰਿਹਾ ਸੀ, ਅਤੇ ਬਾਅਦ ਵਿੱਚ ਗਾਜੀ ਨੰਗਲ ਜੀ, ਅਤੇ ਰਾਹ 'ਚ ਹੀ ਅਣਪਛਾਤੇ ਕਿਸੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਅਤੇ ਡੈਥ ਹੋ ਗਈ ਹੈ, ਅਤੇ ਪੁਲਿਸ ਨੂੰ ਚਾਹੀਦਾ ਕਿ ਜੋ ਬਣਦੀ ਕਾਰਵਾਈ ਕਰੇ। ਤੁਹਾਨੂੰ ਕਿਵੇਂ ਪਤਾ ਲੱਗਾ ਕਿ ਐਕਸੀਡੈਂਟ ਹੋ ਗਿਆ? ਸਾਨੂੰ ਭਾਅ ਜੀ ਫੋਨ ਆਇਆ ਕਿਸੇ ਮੁੰਡਿਆਂ ਦਾ, ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇੱਦਾਂ ਬ੍ਰਦਰ ਇੱਦਾਂ ਇੱਥੇ ਪਏ ਨੇ। ਜਿਹੜੀ ਬੱਸ ਜਿਹੜੀ ਉਹ ਕਿੱਥੇ ਖਿਲਾਰ ਕੇ ਆਏ? ਅਸੀਂ ਜੀ ਆਪਣਾ ਡੇਰਾ ਬਾਬਾ ਨਾਨਕ ਸ਼ਾਹਪੁਰ ਥਾਣੀ ਪਿੰਡ ਨੂੰ ਆ ਰਹੇ। ਅੱਛਾ, ਅਤੇ ਐਕਸੀਡੈਂਟ ਹੋਇਆ ਕਿੱਥੇ ਕਰਕੇ? ਇਹ ਜੀ ਧਾਰਾਬਾਈ ਤੋਂ ਆਪਣਾ ਉਦੋਬਾਈ ਤੋਂ ਧਾਰਾਬਾਈ ਰੋਡ ਦੇ ਵਿਚਕਾਰ। ਠੀਕ ਹੈ, ਅਤੇ ਵਿਆਹ ਕਵਾਰ ਹੈ? ਵਿਆਹ ਜੀ, ਦੋ ਬੱਚੇ ਛੋਟੇ ਛੋਟੇ। ਹਾਂਜੀ ਵੀਰ ਜੀ, ਕੀ ਨਾਂ ਤੁਹਾਡਾ? ਮੇਰਾ ਨਾਂ ਰਣਜੀਤ ਸਿੰਘ ਹੈ, ਗਾਜੀ ਨੰਗਲ ਜੀ। ਸਾਡੇ ਪਿੰਡ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ ਆਪਣਾ ਬੱਸ 'ਤੇ ਕਨੈਕਟਰੀ ਕਰਦਾ ਸੀਗਾ, ਸ਼ਾਹਪੁਰ ਜਾਜਿਆਂ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ, ਅਤੇ ਰਸਤੇ ਦੇ ਵਿੱਚ ਆਉਂਦਿਆਂ ਹੀ ਕਿਸੇ ਅਣਪਛਾਤੇ ਵਾਹਨ ਨਾਲ ਉਹਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ। ਕਿੱਥੇ ਹੋਇਆ ਐਕਸੀਡੈਂਟ ਜਿਹੜਾ ਹੋਇਆ? ਇਹ ਦੁਵਾਲੀ ਤੋਂ ਧਾਰੋਵਾਲੀ ਦੇ ਵਿੱਚ ਹੋਇਆ ਜੀ। ਕੀ ਟਾਈਮ ਸੀਗਾ? 8:30 ਦਾ ਟਾਈਮ ਜੀ। ਕਿਵੇਂ ਪਤਾ ਚੱਲਿਆ ਕਿ ਐਕਸੀਡੈਂਟ ਹੋ ਗਿਆ? ਇਹਨਾਂ ਨੂੰ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਆ ਅਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ? ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ ਜੀ, ਅਤੇ ਅੱਗੇ ਕੈਮਰੇ ਚੈੱਕ ਕਰਕੇ ਅਤੇ ਜੋ ਡੇਰਾ ਬਾਬਾ ਨਾਨਕ ਤੋਂ ਮਨਿੰਦਰ ਸਿੰਘ ਹੈਪੀ ਕੋਟਲੀ ਦੇ ਨਾਲ ਆਸ਼ਕ ਰਾਜ ਮਾਲਾ ਦੀ ਰਿਪੋਰਟ, ਪੰਜਾਬ ਟੂਡੇ।